कदी बैठी सी कदी उठती सी कदी बैठती सी ओ दिखती ठहरती रहती सी ओनु कोल ना कोई बिठाउंदा सी ओनु गल ना कोई ना लौंदा सी अगर ऐसा रहा तो मुझे कोर्स की जरूरत ना होगी कमाल कर रहा हूं कदी उठती सी कदी बैठती सी कदी उठती सी उस डच की जेड़ी माई सी उसका नाम बली मां दाई सी आखर विच मके आई सी पिछो आके ओ पछताई सी हर बुहा हर आया ਉਹਨੂੰ ਖੈਰ ਕਿਸੇ ਨਾ ਪਾਇਆ ਸੀ ਦਰ ਦਰ ਦੀ ਬਣੀ ਸਵਾਲੀ ਸੀ ਮੇਰੇ ਕੋਲ ਵੀ ਹੈ ਦਰ ਦਰ ਦੀ ਬਣੀ ਸਵਾਲੀ ਸੀ ਉਹਦੀ ਝੋਲੀ ਫਿਰ ਵੀ ਖਾਲੀ ਸੀ ਜਦੋਂ ਸਾਰੇ ਉਹ ਪਾਸੇ ਰਹਿ ਗਈ ਜਿਹਨੂੰ ਸਰਕਾਰ ਦੇ ਦਰ ਤੋਂ ਭੀਖ ਮਿਲਦੀ ਹੈ ਉਹ ਬੰਦਾ ਅਗਲਾ ਮਿਸਾ ਚੁੱਪ ਬਹੁਤ ਸੁਣ ਕੇ ਚੁੱਪ ਨਹੀਂ ਰਹੇਗਾ ਜਦੋਂ ਸਾਰੇ ਉਹ ਪਾਸੇ ਬੈਠ ਗਈ ਹੈ ਸਰਕਾਰ ਦੇ ਰੂਹੇ ਬਹਿ ਗਈ ਹੈ ਆਖਰ ਉਹ ਬੂਹਾ ਜੜੇ ਆਏ ਜਿੱਥੋਂ ਖਾਲੀ ਕੋਈ ਨਾ ਮੁੜੇ ਆਏ ਰਹਿਮਤ ਦਾ ਛੁੱਲਾ ਛੁਲਿਆ ਆਏ ਸਰਕਾਰ ਦਾ ਰੂਹ ਖੁੱਲੇ ਆਏ ਇੱਕ ਲੌਂਡੀ ਬਾਹਰ ਆਈ ਹੈ ਦਾਈ ਵਾਲ ਛਾਤੀ ਪਾਈ ਹੈ ਬਾਹ ਫੜ ਕੇ ਉਸ ਉਠਾਇਆ ਹੈ ਨਾਲੇ ਮੂੰਹੋਂ ਇਹ ਫਰਮਾਇਆ ਹੈ ਆ ਤੈਨੂੰ ਨਾਲ ਜਾਵਾ ਮੈਂ ਇੱਕ ਨੂਰੀ ਮੁਖ ਦਿਖਾਵਾ ਮੈਂ ਅੱਜ ਸਾਡੇ ਵੀਰੇ ਕੋ ਚੰਨ ਚੜਿਆ ਹੈ ਜਿਹਦਾ ਚੰਨ ਵੀ ਕਲਮਾ ਪੜਿਆ ਹੈ ਕਈ ਨਾਲ ਹਲੀਮਾ ਦਾਈ ਹੈ ਚੰਦ ਨਜ਼ਰ ਸੋਨੇ ਤੇ ਪਾਈ ਹੈ दिल फड़ के अपना बह गई है सरकार तस्वीर रह गई है अज आ गया वक्त हलीमा दा मिलिया लजपाल यतीमा दा ओए दिल नु बड़ी तसल्ली है सरकार नु लेके चली है जद कदम वेरे विच धरे आए रहमत नाल वेरा भरे आए बनो साधियां जो दाइयां ने चल कोल हलीमा आईयां ने सब पुछण बाहर आउनी है हलीमा कित्थों खानी है कित्थों पीनी है किवें अपना वक्त लगानी है ना सानू शकल वखानी है कया ए हलीमा दाइयां नु हैरत नाल पुछण आईयां नु शांति ते किसे पासे ने बस वेड़े विच घूम लैनी आ बस वेड़े विच घूम लैनी आ बस वेड़े विच घूम लैनी आ मेरा आखरी मिसरा है बस वेड़े विच घूम लैनी आ जो मैं भुख लग जाती है सरकार दा मुंह चुभ लैनी जो मैं भुख लग जाती है जो मैं भूख लग जाती है सरकार दा मुंह चुभ लैनी आ अबू जहल हुजूर की बारगाह में आया आकियत कहता हुजूर बताइए मेरी मुट्ठी में क्या बड़ी तवज्जो के साथ तहरीब मतलब भाई के जो कारकुन है भाई मैं आपको भी सुना दूं हुजूर बताइए मेरी मुट्ठी में क्या अब मैं आपसे पूछूं यकीन आपको बिल्कुल नहीं पता होगा मेरे हुजूर को पता है ये अबू जहल का भी अकीदा था हुजूर सब जानते हैं आया हुजूर बताइए मेरी मुट्ठी में क्या है करीमा कर पूछा हैदर चिश्ती साहब बड़ी तवज्जो के साथ हुजूर बताइए मेरी मुट्ठी में क्या है करीमा कर पूछा ए अबू जहल शे बता मैं बताऊं तेरी मुट्ठी में क्या है तेरी मुट्ठी वाली चीज खुद बताए मैं क्या हूं फिर मैंने कहन दी जाल दे कमली वाला कुली मुख्तार साडा जो चाहे करके दिखा सकता चल तोड़ सकता फिर जोड़ सकता डुबे सुर नु पिछा पटा सकता निकल जावे कदादा दी अख पावे लब ला के ठीक फरमा सकदा प्यासा होवे नशकत इस्लाम दा जे चश्मे उंगला दे विच चला सकदा अगे हक दे पातल झुकोन खातर सड़ियां होईयां खजूरा उगा सकदा पढ़ के वेख बुखारी शरीफ अंदर सोना हर कबर दे विच आ सकदा पढ़ के वेख बुखारी शरीफ अंदर बिना इश्क मोहम्मद जो पढ़ते हैं बुखारी ज़ैन वासी साहब बिना इश्क मोहम्मद जो पढ़ते हैं बुखारी आता है बुखार उन्हें आती नहीं बुखारी
ਪੜ੍ਹ ਕੇ ਵੇਖ ਬੁਖਾਰੀ ਸ਼ਰੀਫ ਆ ਸੋਨਾ ਹਰ ਕਬਰ ਦੇ ਵਿੱਚ ਆ ਸਕਦਾ ਕਿਉਂਕਿ ਕਮਲੀ ਵਾਲੇ ਦਾ ਨੂਰ ਜਤਾਰ ਹੋ ਜਾਏ 14 ਤਬਕਾ ਦੇ ਵਿੱਚ ਸਮਾ ਸਕਦਾ ਆ ਜਾਵੇ ਜੀ ਖੁਦ ਮੁਖਤਾਰੀ ਦੇ ਵਿੱਚ ਬੀਬੀ ਆਮਨਾ ਦੀ ਗੋਦੀ ਵਿੱਚ ਆ ਸਕਦਾ ਸਿਦਰਾ ਤੇ ਗੁਰਾਕ ਰਸਤਾ ਸੀ ਉਥੋਂ ਤੇ ਗੁਰਾਕ ਨੂੰ ਜਾ ਸਕਦਾ ਸਿਦਰਾ ਖਾਸ ਮੁਕਾਮ ਸ਼ਫੀਲ ਦਾ ਸੀ ਉਦੋਂ ਅੱਗੇ ਪਰ ਨਹੀਂ ਹਲਾ ਸਕਦਾ ਮੇਰੇ ਨਬੀ ਦੀਆਂ ਤਾਕਤਾਂ ਵੇਖ ਮੁਨ ਕਰ ਆਪੇ ਹੀ ਜਾ ਸਕਦਾ ਤੇ ਆਪੇ ਹੀ ਆ ਸਕਦਾ ਮੇਰੇ ਨਬੀ ਦੀਆਂ ਤਾਕਤਾਂ ਵੇਖ ਮੁਨ ਕਰ ਮੇਰੇ ਨਬੀ ਦੀਆਂ ਤਾਕਤਾਂ ਮੇਰੇ ਨਬੀ ਦੀਆਂ ਤਾਕਤਾਂ ਵੇਖ ਮੁਨ ਕਰ ਤੁਸੀਂ ਫਖਰ ਨਾ ਬੋਲੋ ਨਬੀ ਦੀ ਉਮਤੀ ਬੈਠੇ ਹੋ ਗੱਜ ਕੇ ਬੋਲੋ ਸੁਭਾਨ ਅੱਲਾਹ ਆਕਾ ਦਾ ਤਜ਼ਕਰਾ ਹੋਵੇ ਗੁਮਲ ਗੁਲਾਮ ਬੈਠਾ ਰਵੇ ਚੌਧਰੀ ਬਣ ਕੇ ਨਹੀਂ ਬਹਿਣਾ ਨਬੀ ਦੇ ਨਾਮ ਦੇ ਨੌਕਰ ਹੱਥ ਬੁਲੰਦ ਕਰਕੇ ਬੋਲੇ ਸੁਭਾਨ ਅੱਲਾਹ ਮੇਰੇ ਨਬੀ ਦੀ ਤਾਕਤਾਂ ਵੇਖ ਮੁਨ ਕਰ ਆਪੇ ਜਾ ਸਕਦਾ ਹੈ ਆਪੇ ਆ ਸਕਦਾ ਹੈ ਮਹਿਰਾਜ ਦੀ ਰਾਤੀ ਆਕਾ ਨੇ ਜਬਰੀਲ ਨੂੰ ਇਹ ਫਰਮਾਇਆ ਹੈ ਤੂੰ ਵੇਖਿਆ ਬੜਿਆ ਬੜਿਆ ਨੂੰ ਕੋਈ ਮੇਰੇ ਜਿਹਾ ਨਜ਼ਰ ਆਇਆ ਹੈ ਜਬਰੀਲ ਆਖਿਆ ਸੁਭਾਨ ਅੱਲਾਹ ਜ਼ਰੂਰ ਬੋਲੋ ਗੱਜ ਕੇ ਬੋਲੋ ਸੁਭਾਨ ਅੱਲਾਹ ਫਿਰ ਬੋਲੋ ਸੁਭਾਨ ਅੱਲਾਹ ਜਬਰੀਲ ਆਖਿਆ ਸੁਭਾਨ ਅੱਲਾਹ ਸੋਹਣਿਆ ਹੈ ਕੌਣ ਜੋ ਤੇਰੇ ਨਾਲ ਮਿਲੇ ਨਾ ਤੇਰਾ ਕਿਤੇ ਜਵਾਬ ਮਿਲੇ ਨਾ ਤੇਰੀ ਕਿਤੇ ਮਿਸਾਲ ਮਿਲੇ ਫਰਮਾਨ ਲਗੇ ਸੋਹਣਿਆ ਇਸ ਤੋਂ ਅੱਗੇ ਜਿਹੜੀ ਜੂ ਆਵੇ ਉਸ ਜੂ ਦੀ ਤੂੰ ਹੀ ਸੂ ਜਾਣੇ ਇੱਥੇ ਆ ਕੇ ਮੇਰੀ ਹੱਦ ਮੁੱਕ ਗਈ ਅੱਗੇ ਰੱਬ ਜਾਣੇ ਜਾਂ ਤੂੰ ਜਾਣੇ ਮੇਰੇ ਨਬੀ ਦੀ ਤਾਕਤਾਂ ਵੇਖ ਮੁਨ ਕਰ ਆਪੇ ਜਾ ਸਕਦਾ ਹੈ ਆਪੇ ਆ ਸਕਦਾ ਹੈ ਉੱਡਿਆ ਜਦੋਂ ਬੁਰਾਕ ਤੇ ਪਹਾੜ ਸਮਝੇ ਇਹਦੀ ਆਖਰੀ ਹੱਦ ਕੋਹੇ ਤੂਰ ਹੋ ਸੀ ਜਦੋਂ ਕੁਰਾਏ ਅਰਬੀ ਨੂੰ ਚੀਰ ਤੁਰਿਆ ਤੇ ਫਲਕ ਸਮਝਿਆ ਇਹ ਕੋਈ ਨੂਰ ਹੋ ਸੀ ਜਦੋਂ ਸਿਦਰਾ ਤੇ ਜਾ ਕੇ ਨੂਰ ਨੇ ਹੱਥ ਜੋੜੇ ਕਈਆਂ ਸਮਝਿਆ ਹੁਣ ਮਜਬੂਰ ਹੋ ਸੀ ਸਦਕੇ ਜਾਵਾਂ ਸਰਦਾਰ ਪੁੱਛਿਆ ਹੀ ਨਹੀਂ ਇੱਥੋਂ ਅਰਸ਼ੇ ਆਜ਼ਮ ਕਿੰਨਾ ਦੂਰ ਹੋ ਸੀ ਮੇਰੇ ਨਬੀ ਦੀਆਂ ਤਾਕਤਾਂ ਵੇਖ ਮੁਨ ਕਰ ਆਪੇ ਜਾ ਸਕਦਾ ਹੈ ਆਪੇ ਆ ਸਕਦਾ ਭਾਈ।